अज नाभा विखे अनाज मंडी मजदूर यूनियन नाभा वालों ठेकेदारों और मंडी के खिलाफ मंडी का गेट बंद करके जाम लगाया गया। इस मौके मजदूरों ने ठेकेदारों के खिलाफ जम के पड़ास करदे हुए नारेबाजी की अनाज मंडी में जाने वाले रास्ते को गेट बंद करके जाम लगा दिता। इस कारण मंडी में व्हीकल अंदर नहीं जान दिता गया। इस मौके यूनियन के प्रधान बलबीर अदौरा और प्रधान सुरेश ने दसाया कि असी लंबे समय तो भारी मुश्किलों का सामना कर रहे हैं। उन्होंने ठेकेदारों से इल्जाम लगाते हुए कहा कि रात को नजायज़ कणक की भर्ती करके ट्रक रवाना किए जा रहे हैं। मांग की गई कि दिन भर ट्रक अपनी वारी सिर भरे जाने चाहिए ने। बाकी मजदूरों ने की कहा आओ देखते हैं। ट्रक मंगते हैं कि जी रात को नजायज़ गड्डिया भर दें किस कारण भर दें दिने गड्डी नहीं भरती रात को गड्डी भरती है किसी गरीब का माल चक्का जाता फिर आड़तिया कहता कट के दो जी असं कितों दई जावे मंडी खिलाफ और ठेकेदारा खिलाफ या कोई मतलब इस नजायज गड्डी अपना दिन खिलाफ अपना साडा मुख मंग यह है साडा माल उतरना चाहिए है जो गड्डी भरी हुई ने उस तो बाद इस तो बाद साडा फैसला मंडी रहना चाहिए भी सानू माल जल्द तो जल्द मंडी फुल गड्डिया मिलनी चाहिए ने एसोसीएशन के राही कानून के राही गैर कानून सानू कम नहीं चाहिए मंडी के ਮੋਬਾਈਲਾਂ ਤੇ ਆੜਤੇ ਨੇ ਫੋਨ ਨੰਬਰ ਨਹੀਂ ਉਹਨਾਂ ਲਵੇ ਠੇਕੇਦਾਰਾਂ ਦੇ ਖਰੀਦਿਆ ਲਵੇ ਜਿਹੜੇ ਬੈਠੇ ਨੇ ਉਹ ਬਿਠਾ ਰੱਖੇ ਠੇਕੇਦਾਰਾਂ ਨੇ ਉਹ ਮਣੀ ਫੋਨ ਕਰ ਦਿੰਦਾ ਆੜਤਾ ਫੋਨ ਕਰਦਾ ਫਲਾਨਿਆਂ ਗੱਡੀ ਭੇਜਦੀ ਮੇਰੀ ਦੁਕਾਨ ਤੇ ਡਰਾਈਵਰ ਨੂੰ ਕਹਿੰਦਾ ਫਲਾਨੀ ਦੁਕਾਨ ਤੇ ਗੱਡੀ ਲੈ ਜਿਓ ਮੇਰੇ ਵਰਗਾ ਉੱਥੇ ਕਿਹੜਾ ਦੇਖੀ ਜਾਂਦਾ ਪੈਸੇ ਲੈਂਦੇ ਨੇ ਡਰਾਈਵਰ ਫਿਰ ਪੈਸੇ ਰੱਖਾਂਗੇ ਬੁਰਾ ਹਾਲ ਹੋਇਆ ਪਿਆ ਜੀ ਬਹੁਤ ਜ਼ਿਆਦਾ ਪ੍ਰਸ਼ਾਸਨ ਕੋਈ 10 ਦਿਨ ਹੋ ਗਏ ਆਪਣਾ ਹੋਈ ਨੂੰ ਬੋਲੀਆਂ ਨੂੰ ਇੰਨੇ ਦਿਨ ਹੋ ਗਏ 15-20 ਦਿਨ ਹੋ ਗਏ ਮਾਲ ਪਏ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਸਾਡੀ ਸੁਣਵਾਈ ਨਹੀਂ ਕੋਈ ਨਹੀਂ ਪਸੰਦਾ ਸਿਰਫ ਮਿੱਠੇ ਪੋਚੇ ਦੇ ਕੇ ਦੇ ਜਾਂਦੇ ਨੇ ਚਲੋ ਜੀ ਐਂ ਕਰ ਲਾਂਗੇ ਫਲਾਣਾ ਕੋਈ ਕੁਛ ਨਹੀਂ ਹੋ ਰਿਹਾ ਉਰੇ ਠੇਕੇਦਾਰਾਂ ਦੀਆਂ ਗੱਡੀਆਂ ਲਈ ਉਹੀ ਪੈਸੇ ਕੋਈ ਸਾਨੂੰ ਪੈਸੇ ਮੰਗਦੇ ਸਾਡੇ ਤੋਂ 3 ਤਰੀਕ ਦਾ ਵਾਅਦਾ ਉਹੀ ਪੈਸੇ ਕਰਨ ਦਾ ਠੇਕੇਦਾਰ ਮੰਗਦੇ ਡਰਾਈਵਰ ਮੰਗਦੇ ਨੇ ਉਹਨੂੰ ਕਹਿੰਦੇ ਖਰਚਾ ਦੋ ਦਾਰੂ ਨੂੰ ਦਾਰੂ ਵਾਸਤੇ ਦਈਏ ਸੀ ਅਸੀਂ ਕੀ ਕਿੱਥੋਂ ਲੈ ਕੇ ਦਈਏ ਪੈਸੇ ਤਾਂ ਫਸ ਗਏ ਜ਼ਿੰਮੇਵਾਰੀ ਸਮਝੀਏ ਕਿ ਉਰੇ ਕੋਈ ਪੈਸੇ ਦਈਏ ਸੀ ਸਾਡਾ ਤਾਂ ਬੁਰਾ ਹਾਲ ਹੋਇਆ ਪਿਆ ਮੱਛਰਾਂ 'ਚ ਮਾਰ ਮਾਰ ਕੇ ਉਰੇ ਜੀ ਜਿਹੜੀ ਉਹ ਰਾਤ ਨੂੰ 12-12 ਵਜੇ ਗੱਡੀ ਰੋਡ ਆਉਂਦੀਆਂ ਨੇ ਠੀਕ ਹੈ ਨਾ ਜਿਹਦੇ ਹੱਥ 'ਚ ਕਮਾਨ ਹੈ ਉਹੀ ਭੇਜੂਗਾ ਜੀ ਠੀਕ ਹੈ ਨਾ ਹੁਣ ਐਸੀ ਕਿਵੇਂ ਲਵਾ ਲਾਂਗੇ ਗੱਡੀ ਔਰ ਸਾਨੂੰ ਕੌਣ ਗੱਡੀ ਲੱਗਣ ਦਊਗਾ ਇਹ ਠੇਕੇਦਾਰ ਜਾਂ ਕਹਿੰਦਾ ਫਲਾਣੀ ਦੁਕਾਨ 'ਤੇ ਗੱਡੀ ਲੈ ਜਾ ਉੱਥੇ ਹੀ ਭਰੂਗੀ ਜੀ ਡਰਾਈਵਰ ਦੀ ਜ਼ਰੂਰਤ ਨਹੀਂ ਹੈਗੀ ਵੀ ਕਿੰਚ ਪਰਾਂ ਹੋ ਜਾਊਗਾ ਠੀਕ ਹੈ ਨਾ ਸਭ ਤੋਂ ਦੇਖੋ ਇਹਨਾਂ ਦੀ ਵੀ ਐਸੋਸੀਏਸ਼ਨ ਨੂੰ ਵੀ ਚਾਹੀਦਾ ਵੀ ਐਸੀ ਠੇਕੇਦਾਰ ਨੂੰ ਬੁਲਾ ਕੇ ਕਹੀਏ ਵੀ ਭਾਈ ਸਭ ਨੂੰ ਗੱਡੀਆਂ ਦੇ ਵੰਡ ਕੇ ਉਰੇ ਜਿੰਨੇ ਵੀ ਆਉਂਦੇ ਨੇ ਸਾਰੇ ਲਿਆਜੀ ਬੰਦੇ ਆਉਂਦੇ ਨੇ ਸਾਸ਼ੀ ਜੀ ਆਉਂਦੇ ਸਾਨੂੰ ਗੱਡੀ ਦਿਓ ਜੀ ਤੁਹਾਡਾ ਨੰਬਰ ਨਹੀਂ ਹੈਗਾ ਜੀ ਤੁਹਾਡਾ ਤਾਂ ਫਲਾਣੀ ਤਰੀਕ 'ਚ ਹੈ ਠੀਕ ਹੈ ਨਾ ਉਸ ਤੋਂ ਬਾਅਦ ਜੇ ਉਹ ਬੰਦਾ ਆ ਗਿਆ ਤੂੰ ਜਾ ਮੈਂ ਤੇਰੇ ਗੱਡੀ ਭੇਜ ਦਿੰਦਾ ਦੁਕਾਨ 'ਤੇ ਤੂੰ ਉਰੇ ਨਾ ਆਈ ਇਹ ਕੰਮ ਚੱਲ ਰਿਹਾ ਜੀ ਉਰੇ ਸਾਡੀ ਬਹੁਤ ਬਿਜ਼ੀ ਸਾਡੇ ਬੰਦੇ ਦੇਖੋ ਜੀ 3 ਦਿਨਾਂ 'ਚ ਮਾਲ ਗਿਰ ਗਿਆ ਔਰ ਦੇਖ ਲਓ ਸਾਨੂੰ ਮਹੀਨਾ ਮਹੀਨਾ ਹੋ ਗਿਆ ਬੈਠਿਆਂ ਨੂੰ ਮੱਛਰ ਖਾਂਦੇ ਅਸੀਂ ਹੋਲਦੇ ਹਾਂ ਜੀ ਕੋਈ ਨਹੀਂ ਹੁੰਦਾ ਉਰੇ ਰਾਤ ਨੂੰ ਸਾਡੇ ਕੱਟੇ ਚੋਰੀ ਹੋਣੇ ਮੋਟਰਸਾਈਕਲਾਂ 'ਤੇ ਚੋਰੀ ਹੋ ਰਹੇ ਜੀ ਕੱਟੇ ਕੋਈ 2 ਲੈ ਗਿਆ ਕੋਈ 4 ਲੈ ਗਿਆ ਹੁਣ ਦੱਸੋ ਜੀ ਅਸੀਂ ਕਿੱਥੋਂ ਦੇਵਾਂਗੇ ਦੱਸੋ ਸਾਡੇ 'ਚ ਕੀ ਕਸੂਰ ਹੈ ਸਾਡਾ ਮਾਲ ਜਿਵੇਂ ਆਇਆ ਹੁਣ ਸਾਡੇ ਮਾਲ ਸਾਡੇ ਵੀ ਲੇਬਰਾਂ ਘੱਟ ਦੀਆਂ ਸਾਨੇ 7-8 ਰੁਪਏ ਦੇ ਦਿਹਾੜੀ 'ਤੇ ਲੈ ਕੇ ਬੰਦਾ ਸਾਨੇ ਮਾਲ ਚੜਵਾਇਆ ਜੱਟ ਦਾ 7-7 ਰੁਪਏ ਬੋਰੀ ਸਾਨੇ ਕੰਡਿਆਂ ਤਲਾਈ ਦਿੱਤੀ ਹੈ 4-4 ਰੁਪਏ ਅਸੀਂ ਲਦਾਈ ਦੇ ਰਹੇ ਹਾਂ ਉਹ ਠੇਕੇਦਾਰ ਦਾ ਹੱਕ ਨਹੀਂ ਬਣਦਾ ਹੈਗਾ ਵੀ ਉਹ ਵੀ ਰੇਟ ਵੱਧ ਕਰਕੇ ਆਪਣੀ ਗੱਡੀਆਂ ਲਿਆ ਕੇ ਜੂਨੀਅਰ 'ਚੋਂ ਗੱਡੀਆਂ ਲਿਆ ਕੇ ਭਰਾਵੇ ਮਾਲ ਠੀਕ ਹੈ ਨਾ ਆਪਣੀਆਂ ਗੱਡੀਆਂ ਲੈ ਕਹਿੰਦਾ ਮੈਂ 10 ਗੱਡੀਆਂ ਲੈ ਮੇਰੀ ਆਪਣੀਆਂ ਭਰਾਊਂਗਾ ਡਰਾਈਵਰ ਕਹਿੰਦੇ ਨੇ ਸਾਨੂੰ ਪੈਸੇ ਨਹੀਂ ਮਿਲਦੇ ਜੂਨੀਅਰ ਵਾਲੇ ਕਹਿੰਦੇ ਵੀ ਐਸੀ ਗੱਡੀਆਂ ਕਿਉਂ ਦੇ ਦਈਏ ਸਾਨੂੰ ਪੈਸੇ ਨਹੀਂ ਮਿਲਦੇ ਜਦ ਦੱਸੋ ਠੇਕੇਦਾਰ ਆਪਣੀਆਂ ਗੱਡੀਆਂ ਆਪਣੀਆਂ ਗੱਡੀਆਂ ਜੀ ਉਹਦੀ ਜੂਨੀਅਰ ਦੀ ਕੋਈ ਗੱਡੀ ਨਹੀਂ ਹੈਗੀ ਆਪਣੀ ਗੱਡੀ ਨਹੀਂ ਜੂਨੀਅਰ ਵਾਲਾ ਕੋਈ ਗੱਡੀ ਨਹੀਂ ਦਿੰਦਾ ਜੀ ਉਹਨੂੰ ਠੇਕੇਦਾਰ ਦਿੰਦਾ ਨਹੀਂ ਗੱਡੀ ਨਹੀਂ ਜੀ ਨਹੀਂ ਇਸੇ ਗੱਲ ਦਾ ਮਜ਼ਦੂਰ ਬੰਦਿਆਂ ਦਾ ਦਿਨ ਦੇ ਵਿੱਚ ਸਾਨੂੰ ਗੱਡੀਆਂ ਨਹੀਂ ਮਿਲਦੀਆਂ ਰਾਤਾਂ ਨੂੰ ਗੱਡੀਆਂ ਸਾਡੀਆਂ ਉਰੇ ਦੋ ਰਾਤ ਨੂੰ ਗੱਡੀਆਂ ਉਰੇ ਗੈਰ ਨਜਾਇਜ਼ ਲਾ ਲਓ ਸਾਨੂੰ ਕਿਸ ਗੱਲ ਦਾ ਨਹੀਂ ਪਤਾ ਵੀ ਕਿਸ ਕਾਰਨ ਰਾਤ ਨੂੰ ਗੱਡੀਆਂ ਲੱਦੀ ਜਾਂਦੀਆਂ ਨੇ ਦਿਨ ਦੇ ਵਿੱਚ ਸਾਨੂੰ ਗੱਡੀ ਕੋਈ ਨਹੀਂ ਮਿਲਦੀ ਸਾਡਾ ਮਸਲਾ ਇਹੀ ਹੈ ਵੀ ਲੇਕਿਨ ਸਾਡਾ ਮਸਲਾ ਇਹ ਜਿਹੜੀ ਗੱਡੀਆਂ ਭਰੀਆਂ ਹੋਈਆਂ ਨੇ ਜਦ ਇਹਨਾਂ ਦੇ ਵਿੱਚ ਸਾਨੂੰ ਕੋਈ ਮਸਲਾ ਹੱਲ ਹੋਊਗਾ ਸਾਡਾ ਤਾਂ ਹੀ ਮਜ਼ਦੂਰ ਜਾ ਕੇ ਕੰਮ ਮੰਡੀ ਦਾ ਚੱਲੂਗਾ ਕੰਮ ਇਹ ਨਹੀਂ ਤਾਂ ਮੰਡੀ ਦਾ ਕੰਮ ਅੱਜ ਚੀਜ਼ ਸਾਨੂੰ ਕਿੰਨੇ ਦਿਨ ਮਰਜ਼ੀ ਤੱਕ ਬੰਦ ਕੰਮ ਕਰਨਾ ਪਵੇ ਅਸੀਂ ਕੰਮ ਬੰਦ ਕਰਕੇ ਰੱਖਾਂਗੇ ਹਲਦਾ ਭਰੀਆਂ ਹੋਈਆਂ ਹੁਣ ਇਹ ਜਾ ਕੇ ਤਾਰੀਆਂ ਜਾਣ ਤਾਂ ਜਾ ਕੇ ਸਾਡਾ ਕੰਮ ਚੱਲੂਗਾ ਇਸੇ ਕਾਰਨ ਨਾਲੇ ਗੱਡੀਆਂ ਵਿੱਚ ਉਸ ਤੋਂ ਬਾਅਦ ਗੱਡੀ ਸਾਨੂੰ ਫੁੱਲ ਮਿਲਣੀ ਚਾਹੀਦੀਆਂ ਨੇ ਸਰਕਾਰ ਨੇ ਸਾਡਾ ਲੱਕ ਤੋੜਤਾ ਲੋਕਡਾਊਨ ਅਰੇ ਆ ਮੰਡੀ ਨੇ 5 ਦਿਨਾਂ ਦੇ ਵਿੱਚ ਮਾਲ ਮੰਡੀ ਦਾ ਭਰਾਇਆ ਅੱਜ ਮਹੀਨਾ ਮਹੀਨਾ ਮਾਲ ਮੰਡੀ ਦੇ ਵਿੱਚ ਪੇ ਨੂੰ ਸਟ੍ਰਾਈਕ ਲੱਗੇ ਨੇ ਹੋ ਗਏ ਬੱਦਲ ਆ ਜਾਂਦਾ ਕਦੇ ਮੀਂਹ ਆ ਜਾਂਦਾ ਜੇ ਅਗਰ ਮੀਂਹ ਪੈ ਜੇ ਮਜ਼ਦੂਰ ਦੀ ਕੀ ਹਾਲਤ ਹੋਊਗੀ ਇਹ ਜਿਹੜੀ ਮੰਡੀ ਆ ਸਾਡੀ ਆੜਤੀਆਂ ਦੀ ਆ ਐਸੋਸੀਏਸ਼ਨ ਜਾਂ ਆੜਤੀਆ ਸਭ ਸੋਇਆ ਪਿਆ ਸਾਡੇ ਕੰਨੀ ਦੇਖ ਹੀ ਨਹੀਂ ਰਿਹਾ ਵੀ ਮਜ਼ਦੂਰ ਦਾ ਕੀ ਹਾਲ ਹੋਇਆ ਹੋਇਆ ਲੇਕਿਨ ਮਜ਼ਦੂਰ ਕਦ ਚੱਕ ਚੁੱਪ ਰਹੂਗਾ
हूँ किसान आपके हक में जाके कितने देखो दिल्ली तक बैठे असी मंडी के भी नहीं बैठ सकते साढ़े ना इन्नी धक्केशाही आती असं धक्केशाही नहीं चलन देते अनाज मंडी मजदूर जूनियर जिंदाबाद चलूगी पूरे चानचक साड़ी कोई हदायती नहीं साडा है प्राइवेट मामला साड़ी हर दम जद मर्जी असं कम छड़ सकते साडे नाल नजायज होगी अणमिथे हड़ताल है साढ़े नाल जे अगे नूं भी होगी अगे नूं भी हड़ताल ही होणगीआं साडा स्ट्रैक रहेगा हड़ताल का मतलब यह है भी साढ़े नाल नजायज ना हो गल ये साडा मसला हल होगा तो असं कम खोल देंगे नहीं साडा कम बंद रहेगा आवाजे कम टीवी नाभा तो पत्रकार तरुण मेहता की रिपोर्ट।